ਇੱਕ ਖੜੇ ਟਰੱਕ ਦੇ ਨਾਲ ਬਾਈਕ ਦੀ ਟੱਕਰ ਹੋਈ ਹੈ, ਜਿਸ ਦੇ ਵਿੱਚ ਇੱਕ ਸ਼ਖਸ ਦੀ ਮੌਕੇ ਤੇ ਹੀ ਜਾਨ ਚਲੀ ਗਈ ਹੈ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਇੱਕ ਵਿਅਕਤੀ ਆਪਣੇ ਬਾਈਕ ਦੇ ਉੱਤੇ ਸਵਾਰ ਹੋ ਕੇ ਜਦੋਂ ਕੰਮ ਤੇ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਉਸਨੂੰ ਇੱਕ ਸ਼ਖਸ ਦੇ ਵੱਲੋਂ ਹੱਥ ਦੇ ਕੇ ਲਿਫਟ ਮੰਗੀ ਗਈ, ਜਿਸ ਤੋਂ ਬਾਅਦ ਜਦੋਂ ਉਸਨੇ ਲਿਫਟ ਦਿੱਤੀ ਤਾਂ ਕੁਝ ਹੀ ਦੂਰੀ ਦੇ ਉੱਤੇ ਗਏ ਸੀ ਕਿ ਅਚਾਨਕ ਬਾਈਕ ਸਲਿੱਪ ਕਰ ਗਿਆ ਤੇ ਸਲਿੱਪ ਕਰਨ ਤੋਂ ਬਾਅਦ ਉਹਨਾਂ ਦੀ ਟੱਕਰ ਸਾਹਮਣੇ ਖੜ੍ਹੇ ਇੱਕ ਟਰੱਕ ਦੇ ਨਾਲ ਹੋ ਜਾਂਦੀ ਹੈ, ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਜਿਸ ਸ਼ਖਸ ਨੇ ਲਿਫਟ ਲਈ ਸੀ ਉਸਦੀ ਮੌਕੇ 'ਤੇ ਹੀ ਜਾਨ ਚਲੀ ਗਈ, ਜਦਕਿ ਦੂਜੇ ਪਾਸੇ ਜੋ ਬਾਈਕ ਚਾਲਕ ਸੀ ਉਸਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਸਨੂੰ ਚੰਡੀਗੜ੍ਹ ਦੇ PGI ਦੇ ਵਿੱਚ ਰੈਫਰ ਕਰ ਦਿੱਤਾ ਗਿਆ। ਤਾਂ ਮਾਮਲਾ ਨੰਗਲ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਲਿਫਟ ਮੰਗਣ ਵਾਲੇ ਸ਼ਖਸ ਦੀ ਦਰਦਨਾਕ ਮੌਤ ਹੋਈ ਹੈ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਬਾਈਕ ਸਵਾਰ ਦੇ ਕੋਲੋਂ ਇਸ ਸ਼ਖਸ ਦੇ ਵੱਲੋਂ ਲਿਫਟ ਮੰਗੀ ਸੀ ਪਰ ਅਚਾਨਕ ਹੀ ਬਾਈਕ ਸਲਿੱਪ ਹੋ ਗਿਆ ਅਤੇ ਸਲਿੱਪ ਹੋਣ ਤੋਂ ਬਾਅਦ ਉਹਨਾਂ ਦਾ ਬਾਈਕ ਸਾਹਮਣੇ ਖੜ੍ਹੇ ਟਰੱਕ ਦੇ ਨਾਲ ਜਾ ਟਕਰਾਇਆ। ਤਾਂ ਬਾਈਕ ਸਵਾਰ ਜੋ ਪਹਿਲਾਂ ਦੱਸਿਆ ਜਾ ਰਿਹਾ ਉਹ ਆਪਣੇ ਕੰਮ 'ਤੇ ਜਾ ਰਿਹਾ ਸੀ, ਰਸਤੇ ਦੇ ਵਿੱਚ ਇੱਕ ਸ਼ਖਸ ਦੇ ਵੱਲੋਂ ਲਿਫਟ ਲਈ ਜਾਂਦੀ ਹੈ ਪਰ ਸ਼ਾਇਦ ਉਸਨੂੰ ਨਹੀਂ ਸੀ ਪਤਾ ਕਿ ਕੁਝ ਹੀ ਦੂਰੀ ਦੇ ਉੱਤੇ ਜੋ ਉਸਦੀ ਮੌਤ ਹੈ ਉਹ ਇੰਤਜ਼ਾਰ ਕਰ ਰਹੀ ਹੈ। ਹੁਣ ਦੂਜੇ ਪਾਸੇ ਪੁਲਿਸ ਨੇ ਦੋਵਾਂ ਵਾਹਨਾਂ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਅਤੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤਾਂ ਨੰਗਲ ਤੋਂ ਇਹ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ। ਐਕਸੀਡੈਂਟ ਕੇਸ ਆਇਆ ਜਿਹਦੇ ਵਿੱਚ ਦੋ ਜਣੇ ਸੀਗੇ, ਇੱਕ ਮੁੰਡਾ ਜਿਹੜਾ ਰਾਈਡ ਕਰ ਰਿਹਾ ਸੀਗਾ ਉਹਦੇ ਇੰਜਰੀਜ਼ ਹੈ, ਜਿਹੜੇ ਦੂਸਰੇ ਨੇ ਜਿਹੜੇ ਪਿੱਛੇ ਬੈਠੇ ਸੀਗੇ ਉਹਨਾਂ ਨੇ ਲਿਫਟ ਲਈ ਸੀਗੀ ਅਤੇ ਉਹ ਇੱਥੇ ਜਦੋਂ ਪਹੁੰਚੇ ਨੇ ਲੈ ਕੇ ਉਹਨਾਂ ਨੂੰ ਲੈ ਕੇ ਆਉਂਦਾ ਗਿਆ ਹੈ ਅਤੇ ਬਹੁਤ ਡੈਡ ਸੀਗੇ, ਉਹਨਾਂ ਦੀ ਨਬਜ਼ ਨਹੀਂ ਚੱਲ ਰਹੀ ਸੀ, ਉਹਨਾਂ ਦਾ ECG ਵੀ ਕੀਤਾ ਗਿਆ ਜਿੱਥੇ ਸਿੱਧੀ ਲਾਈਨ ਸੀਗੀ ਸਟ੍ਰੇਟ ਲਾਈਨ ਸੀਗੀ ਅਤੇ CPR ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬਹੁਤ ਡੈਡ ਹੀ ਸੀਗੇ ਜਦੋਂ ਆਏ ਸੀ। ਨਾਮ ਕੀ ਹੈ ਉਹਨਾਂ ਦਾ? ਉਹਨਾਂ ਦਾ ਨਾਮ ਹੈ ਰਮੇਸ਼ ਕੁਮਾਰ, ਜਿਹੜਾ ਮ੍ਰਿਤਕ ਹੈ, ਜਿਹੜਾ ਘਾਇਲ ਹੈ। ਜੀ ਜੀ, ਅਤੇ ਜਿਹੜਾ ਘਾਇਲ ਉਹਦਾ ਨਾਮ ਹੈ ਸਾਡੂ। ਇਹ ਸਰ ਕਿੱਥੇ ਦੇ ਹੈ ਪਤਾ ਕੁਛ? ਇਹ ਹੈਗੇ ਨੇ ਗਵਾਲਥਾਈ, ਪਿੰਡ ਹੈਗਾ ਬਿਲਾਸਪੁਰ, ਹਿਮਾਚਲ ਪ੍ਰਦੇਸ਼। ਠੀਕ ਹੈ ਜੀ। ਇੱਕ ਖੜ੍ਹੇ ਟਰੱਕ ਦੇ ਨਾਲ ਬਾਈਕ ਦੀ ਟੱਕਰ ਹੋਈ ਹੈ, ਜਿਸ ਦੇ ਵਿੱਚ ਇੱਕ ਸ਼ਖਸ ਦੀ ਮੌਕੇ 'ਤੇ ਹੀ ਜਾਨ ਚਲੀ ਗਈ ਹੈ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਇੱਕ ਵਿਅਕਤੀ ਆਪਣੇ ਬਾਈਕ ਦੇ ਉੱਤੇ ਸਵਾਰ ਹੋ ਕੇ ਜਦੋਂ ਕੰਮ 'ਤੇ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਉਸਨੂੰ ਇੱਕ ਸ਼ਖਸ ਦੇ ਵੱਲੋਂ ਹੱਥ ਦੇ ਕੇ ਲਿਫਟ ਮੰਗੀ ਗਈ, ਜਿਸ ਤੋਂ ਬਾਅਦ ਜਦੋਂ ਉਸਨੇ ਲਿਫਟ ਦਿੱਤੀ ਤਾਂ ਕੁਝ ਹੀ ਦੂਰੀ ਦੇ ਉੱਤੇ ਗਏ ਸੀ ਕਿ ਅਚਾਨਕ ਬਾਈਕ ਸਲਿੱਪ ਕਰ ਗਿਆ ਅਤੇ ਸਲਿੱਪ ਕਰਨ ਤੋਂ ਬਾਅਦ ਉਹਨਾਂ ਦੀ ਟੱਕਰ ਸਾਹਮਣੇ ਖੜ੍ਹੇ ਇੱਕ ਟਰੱਕ ਦੇ ਨਾਲ ਹੋ ਜਾਂਦੀ ਹੈ, ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਜਿਸ ਸ਼ਖਸ ਨੇ ਲਿਫਟ ਲਈ ਸੀ ਉਸਦੀ ਮੌਕੇ 'ਤੇ ਹੀ ਜਾਨ ਚਲੀ ਗਈ, ਜਦਕਿ ਦੂਜੇ ਪਾਸੇ ਜੋ ਬਾਈਕ ਚਾਲਕ ਸੀ ਉਸਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਸਨੂੰ ਚੰਡੀਗੜ੍ਹ ਦੇ PGI ਦੇ ਵਿੱਚ ਰੈਫਰ ਕਰ ਦਿੱਤਾ ਗਿਆ। ਤਾਂ ਮਾਮਲਾ ਨੰਗਲ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਲਿਫਟ ਮੰਗਣ ਵਾਲੇ ਸ਼ਖਸ ਦੀ ਦਰਦਨਾਕ ਮੌਤ ਹੋਈ ਹੈ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਬਾਈਕ ਸਵਾਰ ਦੇ ਕੋਲੋਂ ਇਸ ਸ਼ਖਸ ਦੇ ਵੱਲੋਂ ਲਿਫਟ ਮੰਗੀ ਸੀ ਪਰ ਅਚਾਨਕ ਹੀ ਬਾਈਕ ਸਲਿੱਪ ਹੋ ਗਿਆ ਅਤੇ ਸਲਿੱਪ ਹੋਣ ਤੋਂ ਬਾਅਦ ਉਹਨਾਂ ਦਾ ਬਾਈਕ ਸਾਹਮਣੇ ਖੜ੍ਹੇ ਟਰੱਕ ਦੇ ਨਾਲ ਜਾ ਟਕਰਾਇਆ। ਤਾਂ ਬਾਈਕ ਸਵਾਰ ਜੋ ਪਹਿਲਾਂ ਦੱਸਿਆ ਜਾ ਰਿਹਾ ਉਹ ਆਪਣੇ ਕੰਮ 'ਤੇ ਜਾ ਰਿਹਾ ਸੀ, ਰਸਤੇ ਦੇ ਵਿੱਚ ਇੱਕ ਸ਼ਖਸ ਦੇ ਵੱਲੋਂ ਲਿਫਟ ਲਈ ਜਾਂਦੀ ਹੈ ਪਰ ਸ਼ਾਇਦ ਉਸਨੂੰ ਨਹੀਂ ਸੀ ਪਤਾ ਕਿ ਕੁਝ ਹੀ ਦੂਰੀ ਦੇ ਉੱਤੇ ਜੋ ਉਸਦੀ ਮੌਤ ਹੈ ਉਹ ਇੰਤਜ਼ਾਰ ਕਰ ਰਹੀ ਹੈ। ਹੁਣ ਦੂਜੇ ਪਾਸੇ ਪੁਲਿਸ ਨੇ ਦੋਵਾਂ ਵਾਹਨਾਂ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਅਤੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤਾਂ ਨੰਗਲ ਤੋਂ ਇਹ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ। ਐਕਸੀਡੈਂਟ ਕੇਸ ਆਇਆ ਜਿਹਦੇ ਵਿੱਚ ਦੋ ਜਣੇ ਸੀਗੇ,
ਇੱਕ ਮੁੰਡਾ ਜਿਹੜਾ ਰਾਈਡ ਕਰ ਰਿਹਾ ਸੀਗਾ ਉਹਦੇ ਇੰਜਰੀਜ਼ ਹੈ, ਅਤੇ ਜਿਹੜੇ ਦੂਸਰੇ ਨੇ ਜਿਹੜੇ ਪਿੱਛੇ ਬੈਠੇ ਸੀਗੇ ਉਹਨਾਂ ਨੇ ਲਿਫਟ ਲਈ ਸੀਗੀ, ਅਤੇ ਉਹ ਇੱਥੇ ਜਦੋਂ ਪਹੁੰਚੇ ਨੇ ਲੈ ਕੇ ਉਹਨਾਂ ਨੂੰ ਲੈ ਕੇ ਆਉਂਦਾ ਗਿਆ ਹੈ, ਅਤੇ ਉਹ ਬਹੁਤ ਡੈਡ ਸੀਗੇ, ਉਹਨਾਂ ਦੀ ਨਬਜ਼ ਨਹੀਂ ਚੱਲ ਰਹੀ ਸੀ, ਉਹਨਾਂ ਦਾ ECG ਵੀ ਕੀਤਾ ਗਿਆ, ਸਿੱਧੀ ਲਾਈਨ ਸੀਗੀ, ਸਟ੍ਰੇਟ ਲਾਈਨ ਸੀਗੀ, ਅਤੇ CPR ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਬਹੁਤ ਡੈਡ ਹੀ ਸੀਗੇ ਜਦੋਂ ਆਏ ਸੀ। ਨਾਮ ਕੀ ਹੈ ਉਹਨਾਂ ਦਾ? ਉਹਨਾਂ ਦਾ ਨਾਮ ਹੈ ਰਮੇਸ਼ ਕੁਮਾਰ। ਜਿਹੜਾ ਮ੍ਰਿਤਕ ਹੈ, ਜਿਹੜਾ ਘਾਇਲ ਹੈ? ਜੀ ਜੀ, ਅਤੇ ਜਿਹੜਾ ਘਾਇਲ ਉਹਦਾ ਨਾਮ ਹੈ ਸਾਡੂ। ਇਹ ਸਰ ਕਿੱਥੇ ਦੇ ਹੈ ਪਤਾ ਕੁਛ? ਇਹ ਹੈਗੇ ਨੇ ਗਵਾਲਥਾਈ, ਪਿੰਡ ਹੈਗਾ ਬਿਲਾਸਪੁਰ, ਹਿਮਾਚਲ ਪ੍ਰਦੇਸ਼। ਠੀਕ ਹੈ ਜੀ।